ਸ੍ਰੀਕਾਲ ਅਸੀਂ ਤੁਹਾਡੇ ਮਿਸਟਰ ਐਂਡ ਮਿਸਿਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਨਾ ਇੱਕ ਨਾ ਵੀਡੀਓ ਵੇਖੀ ਬਾਬਾ ਜੀ ਦੀ ਇਹੀ ਜਿਹੜੀ ਸਤਿ ਸ੍ਰੀ ਅਕਾਲ ਤੇ ਇਹਦੇ ਵਿੱਚ ਕੀ ਉਹਨਾਂ ਨੇ ਲਿਖਿਆ ਬਾਬਾ ਜੀ ਨੇ ਕਿ ਹਾਂ ਬਈ ਮਿਸਟਰ ਮਿਸਿਸ ਬਾਬਾ ਜੀ ਲੜ ਕੇ ਚਲੇ ਗਏ ਮੈਂ ਵੇਖਿਆ ਮੈਂ ਫਿਰ ਲੜਾਈ ਹੋ ਗਈ ਇਹਨਾਂ ਦੀ ਚਲੋ ਮੈਂ ਕਿਹਾ ਵੀਡੀਓ ਵੇਖਦੇ ਹਾਂ ਕੀ ਗੱਲਬਾਤ ਹੋਈ ਹੈ ਤੇ ਆ ਜਾਓ ਚੈੱਕ ਕਰਦੇ ਇਹਨਾਂ ਦੀ ਇਹ ਸਾਰੀ ਵੀਡੀਓ ਕੀ ਗੱਲਬਾਤ ਹੋਈ ਕਿਉਂ ਲੜ ਕੇ ਚਲ ਗਏ ਬਾਬਾ ਜੀ ਆ ਜਾਓ ਚੈੱਕ ਕਰੀਏ ਇਹਨਾਂ ਦੀ ਵੀਡੀਓ ਹੱਥ ਜੋੜ ਕੇ ਗਏ मार थोड़ा जी गल सही करे बाबा जी मिसेज बाबा जी मुंह मारो थोड़ा जा समैल समोले मुंह च सही आवे निर्मल गाला कड्डू एक तो ना साडा निर्मल भाई मैं नहीं तोड़िया सोहन लगे कैनेडा का खराब करता मिक्स ना ला भरावा मिक्स ना ला नहीं ओ एलर्जी हो जानी है मेरे अगे उंगलां ते हो गई है यार इसी ना लाओ कर दो मैं तो लाई जा बड़ा ने भी कहना मेरे भी ला दे हैं रहन दे तू तो डोलन दियां यार कैसी है यार तू मैं ऐसी हां मेनू वधिया लगदा तन नहीं वधिया लगदी तुसी ना लाओ ये बंदा करता की ब्लॉग बनाउंदे तुसी ये ब्लॉग या लड़ाइयां लड़ंदे जे तुड़ ला कट ला जरा ला की है ब्लॉग जो अपनी पर्सनल गल्लां भी शेयर करते रहो ये इन्हां दे अजकल दे ब्लॉग साले घरे 10-15 मिनट दा ते घरे बना लैना ब्लॉग लगदा भरावा चल ओए हरे ते मैं तैयार नहीं हुंदी ते हरे ये हां ना भी लिया करन वाले नहांदियां नहीं ऐसे कुड़ियां किद्दां दी हुंदियां ने कई कुड़ियां नहांदियां ही नहीं आ हैना गाइस भैन पहला बंदा इन्ना फुद्दू बंदा के हां भी अपनी घर दी वीडियो चला के बेइज्जती करता वा कि हाँ भी तू उन्हूं यार मेरा घर दी इज्जत दे नहीं उते सिर तो व्यू खाण डिया यूट्यूब चलाण डिया वा उन्हूं इज्जत दे नहीं मतलब कि समझ सकते हो कि हाँ भी उते सिर तो सब कुछ करके दे उन्हूं कह डिया हाँ भी लिया कर एवं ही कर लिया कर गाला भी कढ़ी जांदा उन्हूं सो दसो सारे कमेंट करे कौन कौन हुंदा साडे दसो झूठ कोई ना बोलियो सवाब मैं हाथ भी ढाले कर यार सॉरी गुस्सा ना करो मैं कंघी मार रहा मेरा ना यार ब्रश टूट गया ओला पता नहीं कितने सड़ता है ना दाढ़ी वाला ब्रश दाढ़ी का आपा गुस्सा क्यों करना कंघी तू अपने मुंह ते मारने भावे पिछे लल्ला आपा गुस्सा क्यों करना ऐ सला कुछ ही ना करियो अपने डी आए भी नहीं मैं फिर भी ब्रश ला लीजा माड़ा मोटा कहते जे जिन्नी कंघी लाओ ना उन्नी दाढ़ी वधिया आती है तो कमेंट करके दस्सियो सही गल है कि झूठ गल है ते पता करके छते वाली ਛੋਟੀਆਂ ਮੁੱਛਾਂ ਵਾਲੇ ਟੁੱਟ ਗਏ ਦਾੜੀ ਜਿੰਨੀ ਕੰਗੀ ਲਾਓ ਦਾੜੀ ਵਧੀਆ ਹੁੰਦੀ ਤੇ ਅਕਲ ਕਿੱਦਾਂ ਹੁੰਦੀ ਵਧੀਆ ਜੁੱਤੀਆਂ ਨਾ ਖਾਣੀਆਂ ਹੀ ਸਾਲਾ ਮੇਰਾ ਤੂੰ ਕਈ ਕਮੈਂਟ ਕਰਨਗੇ ਭਰਾਵਾ ਬਸ ਕਰ ਭੁੱਲ ਜਣਗੇ ਜਿਹੜੀਆਂ ਆਈਆਂ ਸਹੀ ਗੱਲ ਹੈ ਭੁੱਲ ਜਣਗੇ ਜਿਹੜੀਆਂ ਤੇ ਆਪਾਂ ਚੱਲੀਏ ਹੁਣ ਫਟਾਫਟ ਗੱਡੀ ਤੇ ਗੱਡੀ ਦਾ ਲਈਏ ਕੱਪੜਾ ਤੇ ਦੁਕਾਨ ਲੋਕੀ ਇੰਨੇ ਵਿਹਲੇ ਆ ਤੈਨੂੰ ਕਮੈਂਟ ਕਰਨਗੇ ਕੋਈ ਵਿਹਲਾ ਨਹੀਂ ਹੈਗਾ ਕਿਸੇ ਨੂੰ ਕਮੈਂਟ ਕਰਨ ਲਈ ਠੀਕ ਆ ਲੋਕੀ ਅੱਜ ਕੱਲ ਚੰਗੀਆਂ ਚੀਜ਼ਾਂ ਦੇ ਕਮੈਂਟ ਕਰਦੇ ਆ ਤੇਰੇ ਕੋ ਫੁੱਦੂ ਦੇ ਕਮੈਂਟ ਨਹੀਂ ਕੋ ਕਰਦਾ ਨੇ ਤੈਨੂੰ ਕਿੱਥੇ ਚੱਲੇ ਆਪਾਂ ਤੇ ਬੜਾ ਘੈਂਟ ਘੜਾ ਆਪਾਂ ਚੀਜ਼ਾਂ ਲੈ ਕੇ ਆਵਾਂਗੇ ਅੱਜ ਤੇ ਕੁਝ ਖਾਣ ਨੂੰ ਵੀ ਅੱਜ ਖਾਵਾਂਗੇ ਯਾਰ ਦੇ ਅੱਜ ਕੀ ਖਾਣੇ ਭੁੱਖ ਵੀ ਬੜੀ ਲੱਗੀ ਆ ਕੀ ਖਵਾਏਂਗੀ ਮਿਸਿਸ ਬਾਬਾ ਅੱਜ ਮੈਨੂੰ ਉਹ ਭਰਾ ਮੁੱਛਾ ਘੱਟ ਮਰੋੜ ਭੈਣ ਚ ਮੁੱਛਾ ਹੀ ਮਰੋੜੀ ਜਾਣ ਡਿਆ ਬਲੌਗ ਬਣਾਉਣਾ ਬਾਹਰ ਪੂਰ ਜਾਓ ਕਿਤੇ ਮੈਂ ਸ਼ੀਸ਼ੇ ਜੀ ਭੈਣ ਵੇਖ ਵੇਖ ਕੇ ਮੁੱਛਾ ਮਰੋੜੀ ਜਾਣ ਡਿਆ ਕੀ ਵਿਖਾਉਣ ਡਿਆ ਵਾ ਮੁੱਛਾ ਕਦੀ ਵੇਖਿਆ ਨਹੀਂ ਕਿਸੇ ਨੇ ਨੋ ਹੈ ਹੈ
ਇਹਨੇ ਕਹਣਾ ਗੂੰ ਖਾ ਲਈ ਦੇਖੀ ਤੁਸੀਂ ਇਹ ਦੱਸੋ ਵੀ ਯਾਰ ਕੀ ਸੈਂਸ ਬੰਦੇ ਨੂੰ ਹੈ ਹੀ ਨਹੀਂ ਮਾਸਾ ਵੀ ਬੋਲਣ ਦੀ ਅਕਲ ਹੈ ਨਹੀਂ ਕਿ ਹਾਂ ਵੀ ਭੈਣ ਚ ਮੈਂ ਕਹਿੰਦਾ ਇਹਦੇ ਨਾਲ ਕਈ ਦਰਜੇ ਵਧੀਆ ਦੀ ਮਠਾਰੂ ਬੋਲ ਲੈਂਦਾ ਵਾ ਕਿ ਹਾਂ ਵੀ ਕਿੰਨਾ ਵਧੀਆ ਉਹ ਬਲੌਗ ਬਣਾ ਲੈਂਦਾ ਇੰਨਾ ਵਧੀਆ ਬਣਾ ਲੈਂਦਾ ਕਈ ਹਿੱਸੇ ਆਪਾਂ ਉਹਨੂੰ ਫੁੱਦੂ ਕਹਿੰਦੇ ਪਰ ਇਹ ਉੱਦਾਂ ਵੀ ਪਿਓ ਆ ਸਾਲਾ ਕਿ ਹਾਂ ਵੀ ਭੈਣ ਨੇਰੀਆਂ ਲਈ ਆਉਂਦਾ ਭੈਣ ਦੀ ਗੱਲਾਂ ਦੀ ਮੂੰਹ ਚ ਕੱਢੀ ਜਾਂਦਾ ਬੰਦਾ ਪੁੱਛੋ ਕਿ ਤੇਰਾ ਬਲੌਗ ਵੇਖਦਾ ਹੈ ਕੋਈ ਰੋਟੀ ਪਾਣੀ ਖਾਂਦਾ ਹੈ ਫੇਰ ਨਹੀਂ ਜੋ ਬੰਦਾ ਮੂੰਹ ਚ ਬੋਲੀ ਜਾਓ ਪਾਣੀ ਨੀ ਆਉਂਦੀ ਕਿਤੇ ਬਹਿ ਕੇ ਧਰਨਾ ਲਾਓ ਵਲੌਗ ਚ ਦੱਸਣ ਡੇ ਲੋਕਾਂ ਨੇ ਕੀ ਕਰ ਲੈਣਾ ਸਾਰੇ ਥਾਂ ਇਹੀ ਹਾਲ ਆ ਠੀਕ ਆ 6 ਵਜੇ ਆਉਂਦੀ ਆ 9 ਵਜੇ ਆਉਂਦੀ ਆ ਧਰਨਾ ਧੋਨਾ ਲਾਓ ਵਲੌਗਾਂ 'ਚ ਦੱਸਦੇ ਹੁੰਦੇ ਜਿੰਨੇ ਪੈ ਗਿਆ ਸਾਡੇ ਇੱਥੇ ਐਂ ਹੋ ਗਿਆ ਸਾਡੇ ਇੱਥੇ ਐਂ ਹੋ ਗਿਆ ਵਲੌਗ ਬਣਾਉਣ ਦਾ ਤਰੀਕਾ ਨਾ ਹੈਲਪ ਤਾਂ ਕਿਸੇ ਦੀ ਵੀ ਕੋਈ ਇਹਨਾਂ ਨੇ ਕਿਸੇ ਨਹੀਂ ਕਰਨੀ ਵਲੌਗ ਬਣਾਉਣ ਦਾ ਤਰੀਕਾ ਦੇਖਾ ਜੀ ਆਪਾਂ ਤੁਹਾਨੂੰ ਰਸਤੇ ਜਾ ਕੇ ਮਿਲਦੇ ਨੇ ਤਾਂ ਬੋਲੀ ਇਹਨਾਂ ਦਾ ਕੰਮ ਜਨਾਨੀਆਂ ਬੋਲਦੀਆਂ ਹੁੰਦੀਆਂ ਵੈਸੇ ਦੇਖ ਆਪਣੇ ਬੂਟਾਂ ਨੂੰ ਕਿੱਦਾਂ ਕੱਪੜਾ ਮਾਰ ਮਾਰ ਪਾ ਰਹੀ ਦੇਖ ਕਿੱਦਾਂ ਮਾਰ ਮਾਰ ਪਾ ਰਹੀ ਆਪਣੇ ਬੂਟਾਂ ਨੂੰ ਕੱਪੜੇ ਚਪੇੜਾ ਵੀ ਖਾ ਲਾਂ ਹਾਂ ਦੋ ਹੈ ਨੰਨੇ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਸਾਈਜ਼ ਮੈਨੂੰ ਛੋਟਾ ਆ ਚੱਪਲ ਦਾ ਹਾਂ ਬੂਟ ਦਾ ਹਾਂ ਤੁਸੀਂ ਮੈਨੂੰ ਲੈ ਕੇ ਸਗੋ ਵਧੀਆ ਬੂਟ ਟਾਇਟ ਹੀ ਸਹੀ ਰਹਿੰਦੇ ਆ ਕੋਈ ਚੀਜ਼ ਪਰਸਨ ਨਹੀਂ ਰੱਖਦੇ ਉਹ ਬੂਟ ਭਾਂਡੀ ਫਿਰ ਕੈਮਰਾ ਉਹਦੇ ਤੇ ਉਹ ਲੱਤਾਂ ਚੁੱਕਣ ਡੀ ਸਾਲਿਆ ਉਹ ਵੀ ਕੈਮਰਾ ਮਾਰਦੇ ਭੈਣ ਜੀ ਤਾਂ ਜੋ ਪਾ ਕੇ ਸਾਰਾ ਕੁਝ ਦਿਖਾਈ ਦੇ ਕੀ ਹੋਣਾ ਭਰਾਵਾ ਕਮੈਂਟ ਕਰਕੇ ਦੱਸੋ ਹਾਂਜੀ ਤੇ ਗਾਈਜ਼ ਆਪਾਂ ਬਹਿ ਗਏ ਆ ਗੱਡੀ ਚ ਤੇ ਗੱਡੀ ਦਾ ਟੇਲ ਮੈਨੂੰ ਲੱਗਾ ਮੈਂ ਸਕੂਟਰੀ ਤੇ ਬੈਠਾ ਗੱਡੀ ਦਾ ਟੇਲ ਕਹੀ ਕਮੈਂਟ ਕਰਕੇ ਦੱਸੋ ਬੂਟ ਟੈਡ ਚ ਗਿਰਦੇ ਕਿ ਢਿੱਲੇ ਚ ਗਿਰਦੇ ਯਾਰ ਭੈਣ ਜੀ ਨਾ ਫੁੱਦੂ ਬੰਦਾ ਸਾਰੇ ਹੀ ਚੀਜ਼ਾਂ ਕਮੈਂਟ ਕਰਕੇ ਲੱਭਦਾ ਮੈਨੂੰ ਕਮੈਂਟ ਕਰਕੇ ਦੱਸੋ ਸੁਣ ਲਓ ਕਿੰਨਾ ਵਾ ਰਾਤੀ ਇੰਨਾ ਬੰਦਾ ਮੈਂ ਕੋਈ ਲਾਪਰਵਾਹ ਨਹੀਂ ਦੇਖਿਆ ਕਿੰਨਾ ਵਾ 19 ਕਿਲੋਮੀਟਰ ਜਾ ਸਕਦੀ ਸਿਰਫ ਗੱਡੀ ਸਿਰਫ ਔਰ ਸਿਰਫ ਜੇ ਸੋਚੋ ਵੀ ਜੇ ਆਪਣੇ ਇੱਥੇ ਪੰਪ ਬੰਦ ਹੋਵੇ ਫਿਰ ਬੰਦਾ ਕੀ ਕਰੇ ਰਾਤ ਬਰਾਤ ਕੋਈ ਚੀਜ਼ ਦੀ ਲੋੜ ਪੈ ਜੇ ਫਿਰ ਕੀ ਕਰੇ ਤੇਲ ਪਵਾ ਕੇ ਚਲ ਜੇ ਜੇ ਪੰਪ ਹੀ ਬੰਦ ਹੋਵੇ ਫਿਰ ਤੇਲ ਕੌਣ ਪਾਊਗਾ ਪੰਪ ਫਿਰ ਬਾਵਾ ਜੀ ਦਾ ਨਾਂ ਲੈ ਕੇ ਪੰਪ ਖੁੱਲ ਜਾਂਦੇ ਆ ਜਾਣਦੇ ਸਾਰੇ ਬਾਵਾ ਜੀ ਨੂੰ ਬਹੁਤ ਮਸ਼ਹੂਰ ਬੰਦੇ ਨੇ ਬਾਵਾ ਜੀ ਇਹਨਾਂ ਦਾ ਨਾਂ ਚੱਲਦਾ ਪੂਰਾ ਅੱਗਰੋ ਅੱਗੇ ਵੀ ਰੇੜਦੇ ਆ ਜ਼ਿੰਮੇਵਾਰੀ ਨਾਮ ਦੀ ਚੀਜ਼ ਹੈ ਹੀ ਨਹੀਂ ਤੇਰੇ ਜੇ ਬੜੀ ਬੋਲੀਆਂ ਗੱਡੀ ਚ ਲਾਊਗਾ ਥੱਲੇ ਨਹੀਂ ਨਹੀਂ ਮੈਂ ਬਹੁਤ ਜ਼ਿਆਦਾ ਸਿਆਣਾ ਵਾ ਯਾਰ ਰਾਤੀ ਨਾ ਆਪਾਂ ਲੇਟ ਹੋ ਗਏ ਸੀਗੇ ਤਾਂ ਘਰ ਦੀ ਇੱਜ਼ਤ ਮਾਸਾ ਨਹੀਂ ਕਰਦਾ ਮਾਸਾ ਵੀ ਮਤਲਬ ਵੀ ਭੈਣ ਦਾ ਇਹਨੂੰ ਇੱਦਾਂ ਬੋਲਦਾ ਪਤਾ ਨਹੀਂ ਵਿਆਹੀ ਨਹੀਂ ਹੁੰਦੀ ਐਵੇਂ ਕਿਸੇ ਦੀ ਚੁੱਕ ਲਿਆ ਹੁੰਦਾ ਜਿਵੇਂ ਭੈਣ ਜਿੱਦਾਂ ਉਹਨੂੰ ਇੱਦਾਂ ਸਮਝਦਾ ਜਿਵੇਂ ਪਤਾ ਨਹੀਂ ਕੀ ਚੀਜ਼ ਹੁੰਦੀ ਸਾਲਿਆ ਬਲੌਗ ਤੇਰੇ ਉਹਦੇ ਕਰਕੇ ਚੱਲਦੇ ਆ ਤਮੀਜ਼ ਨਾਲ ਬੋਲਿਆ ਕਰ ਸਾਰੇ ਉਹਨੂੰ ਵੇਖਣ ਆਉਂਦੇ ਆ ਅੰਗੂਠੇ ਨਾਲ ਉਹਨੂੰ ਜਿਆਦਾ ਪੇਨ ਹੋ ਰਹੀ ਸੀਗੀ ਤੇ ਨਾ ਟਿਸ ਟਿਸ ਕਰ ਰਿਹਾ ਹੋਣਾ ਉਹਦੇ ਜਿੱਦਾਂ ਪਾਕ ਪੈ ਜਾਂਦੀ ਤਾਂ ਹੁੰਦਾ ਹੀ ਆ ਤੇ ਨਾ ਕੀਰਤ ਨੇ ਨਾ ਮਤਲਬ ਮੈਂ ਪਰਸੋਂ ਦੇਖਿਆ ਸੀ ਕੀਰਤ ਦੇ ਵੀ ਇੱਥੇ ਦਰਦ ਹੋ ਰਹੀ ਆ ਉਹਨੂੰ ਮਤਲਬ ਮੈਂ ਨਾ ਉਹਦੇ ਹਲਦੀ ਲਗਾ ਦੀ ਤੇ ਹਲਦੀ ਨਾਲ ਮੈਨੂੰ ਕੀ ਪਤਾ ਸੀਗਾ ਕਿ ਅੰਦਰ ਇੰਨਾ ਜ਼ਿਆਦਾ ਪੱਕ ਗਿਆ ਵਾ ਤੇ ਹਲਦੀ ਦੇ ਨਾਲ ਕੀ ਹੋਇਆ ਉਹ ਮਤਲਬ ਉਹਦੇ ਉੱਤੇ ਜਿੱਥੇ ਜਿੱਥੇ ਪੱਕਿਆ ਸੀ ਨਾ ਜ਼ਿਆਦਾ ਹੀ ਉੱਪਰ ਨਾ ਮਤਲਬ ਪੀਲਾ ਪੀਲਾ ਦਿਖਣ ਲੱਗ ਗਿਆ ਰੇਸ਼ਾ ਬਾਹਰ ਹੀ ਦਿਖਣ ਲੱਗ ਗਿਆ ਤੇ ਫਿਰ ਨਾ ਮੈਨੂੰ ਰਾਤ ਭਰ ਨੀਂਦ ਨਹੀਂ ਆਈ ਮੈਂ ਇੱਧਰ ਟੱਪਦੀ ਰਹੀ ਵੀ ਹਨਾ ਵੀ ਮਤਲਬ ਮੈਂ ਇੱਧਰ ਉੱਧਰ ਘੁੰਮਦੀ ਰਹੀ ਟੱਪਦੀ ਕੱਟਦੀ ਤੇ ਨਾ ਰਾਤ ਭਰ ਨਾ ਮੈਂ ਇੱਧਰ ਉੱਧਰ ਘੁੰਮਦੀ ਰਹੀ ਵੀ ਰਾਤ ਉਹ ਭਰਾ ਉਹ ਕਹਿੰਦੀ ਟੱਪਦੀ ਕੱਟਦੀ ਉਹਨੇ ਫਿਰ ਪਾ ਦਿੱਤੀ ਯਾਰ ਕੀ ਆ ਕਹਿੰਦਾ ਉਹ ਕਹਿੰਦਾ ਟੱਪਦੀ ਕੱਟਦੀ
ਉਹਨੇ ਵੀਡੀਓ 'ਚ ਕਿਹਾ ਟੱਪ ਦੀ ਕੱਟ ਦੀ, ਉਹਨੇ ਫਿਰ ਪਾ ਦਿੱਤਾ ਉਹ ਸੀਨ ਕਿੱਦਾਂ ਕੱਢੀ ਜਾਵੇ। ਤੇ ਸਵੇਰ ਹੁੰਦੇ ਆ ਹੀ ਜਦੋਂ ਨੰਨਾ ਉੱਠਿਆ, ਮੈਂ ਕਦੀ ਵੀ ਇਹਨਾਂ ਨੂੰ ਸੁੱਤਿਆਂ ਨੂੰ ਉਠਾਉਂਦੀ ਨਹੀਂ ਹੈਗੀ ਜਦ ਤੱਕ ਇੱਕ ਦੋ ਨਾ ਵੱਜ ਜੇ। ਤੇ ਜਦੋਂ ਹੀ ਇੱਕ ਵੱਜਿਆ ਨਾ, ਮੈਂ ਨੰਨੇ ਨੂੰ ਕਿਹਾ, ਮੈਂ ਕਿਹਾ ਨੰਨੇ ਉੱਠ ਜਾਓ। ਤੇ ਨੰਨਾ ਨਾਲ ਹੀ ਉੱਠੇ, ਨਾਲ ਹੀ ਕਿੱਟੂ ਉੱਠੀ, ਨਾਲ ਹੀ ਮੈਂ ਉਹਨੂੰ ਲੈ ਕੇ ਗਈ, ਕਿਉਂਕਿ ਮੈਂ ਕੀਰਤਨ ਨੂੰ ਵੀ ਕਦੀ ਉਠਾਉਂਦੀ ਨਹੀਂ ਹੈਗੀ। ਦੇਖਿਆ ਲੋਕਾਂ ਨੂੰ ਕਿੱਦਾਂ ਇਰੀਟੇਟ ਕਰਦੇ ਆ, ਹਾਂ ਵੀ ਭੈਣ ਵਲੋਗ ਬਣਾ ਕੇ ਤੁਹਾਡੇ ਵਲੋਗ ਕਿੱਦਾਂ ਚੱਲਣਗੇ, ਕਿ ਹਾਂ ਵੀ ਤੁਸੀਂ ਕੀ ਦੱਸ ਰਹੇ ਹੋ ਲੋਕਾਂ ਨੂੰ, ਉਹਦੇ ਕੰਨ ਪੱਕਿਆ, ਉਹਦੇ ਕੀ ਪਾਇਆ, ਕਿੱਥੇ ਕੀਤਾ, ਤੁਸੀਂ ਸਾਰੀ ਡਿਟੇਲ ਹੀ ਉਹਦੇ ਕੰਨ ਦੀ ਦੇਣ ਡੇ ਹੋ। ਸਿੱਧਾ ਕਹੋ ਹਾਂ ਵੀ ਤਾਂ ਕੰਨ ਨਹੀਂ ਠੀਕ ਰਾਤੀ, ਇੱਦਾਂ ਦਾ ਆਪਾਂ ਮਾੜਾ ਮੋਟਾ ਸ਼ੋਰਟਕੱਟ 'ਚ ਦੱਸ ਦਿਓ, ਨਹੀਂ ਆਪਾਂ ਡਿਟੇਲ 'ਚ ਜਾਣਾ ਪੂਰਾ ਕਿੱਦਾਂ ਦੀ। ਕਿਉਂਕਿ ਬੱਚੇ ਨੀਂਦ ਪੂਰੀ ਹੋਣੀ ਬਹੁਤ ਜ਼ਰੂਰੀ ਆ। ਜਿੱਦਾਂ ਹੀ ਕੀਰਤ ਉੱਠੀ ਨਾ, ਨਾਲ ਹੀ ਆਪਾਂ ਡਾਕਟਰ ਦੇ ਲੈ ਗਏ। ਇੱਕ ਡਾਕਟਰ ਸਚਦੇਵ ਆਇਆ, ਉਹ ਬਹੁਤ ਬੈਸਟ ਆ, ਤੇ ਉਹ ਕਹਿੰਦੇ ਕਿ ਹਲੇ ਡਾਕਟਰ ਹੈ ਨਹੀਂ ਹੈ, ਤੁਸੀਂ ਸ਼ਾਮ ਨੂੰ ਆਇਓ। ਮੈਂ ਕਿਹਾ ਸ਼ਾਮ ਤੱਕ ਦਾ ਤਾਂ ਵੇਟ ਮੈਂ ਕਰਨਾ ਨਹੀਂ ਆ। ਨੰਨਾ ਕਹਿੰਦਾ ਕਿ ਮੈਂ ਵੇਟ ਨਹੀਂ ਕਰ ਸਕਦਾ। ਮੈਂ ਕਿਹਾ ਚਲੋ ਸ਼ਾਮ ਨੂੰ ਲੈ ਲਾਂਗੇ। ਤੇ ਨੰਨਾ ਕਹਿੰਦਾ ਮੈਂ ਵੇਟ ਨਹੀਂ ਕਰਨਾ, ਉਹ ਕਹਿੰਦੇ ਕੱਟ ਹੀ ਮਾਰਨਾ ਪੈਣਾ, ਮੈਂ ਕਿਤੇ ਹੋਰ ਮਰਵਾ ਦਿੰਦਾ ਇਹਦੇ ਕੱਟ। ਫਿਰ ਨੰਨੇ ਨੇ ਉਹਦੇ ਕੱਟ ਮਰਵਾਇਆ, ਇੰਜੈਕਸ਼ਨ ਲਗਵਾਇਆ। ਹੁਣ ਫਿਰ ਉਹਦੀ ਦਾਦੀ ਮੰਮਾ ਦਾ ਦਿਲ ਨਹੀਂ ਲੱਗਦਾ ਪਿਆ ਸੀ ਉਹਦੇ ਬਿਨਾਂ, ਤਾਂ ਉੱਧਰ ਛੱਡ ਕੇ ਆਏ ਇਹ। ਫਿਰ ਹੁਣ ਸ਼ਾਮ ਨੂੰ ਜਦੋਂ ਕਹਿੰਦੇ ਸੀ ਲੈ ਜਾਇਓ, ਹੁਣ ਸ਼ਾਮ ਨੂੰ ਆਪਾਂ ਗਏ ਨਹੀਂ ਇੱਧਰ ਮਾਰਕੀਟ ਵੱਲ, ਤਾਂ ਹੁਣ ਆਪਾਂ ਚੱਲੇ ਹਾਂ, ਹੁਣ ਆਪਾਂ ਲੈ ਕੇ ਹੀ ਆਵਾਂਗੇ। ਅਤੇ ਯਾਰ ਮੈਂ ਬਹੁਤ ਮਤਲਬ ਸੈਡ ਹਾਂ, ਹੈ ਨਾ, ਮੇਰੀ ਕੁੜੀ ਦਾ ਇੱਦਾਂ ਹੋ ਗਿਆ। ਯਾਰ ਇਹ ਨਾ ਸਿਰਫ ਨੰਨੇ ਦੀ ਗਲਤੀ ਆ, ਨੰਨੇ ਨੇ ਨਾ ਉਹਨੂੰ ਨਿੱਪਲ ਲਗਾਤੀ। ਜਿੱਦਾਂ ਹੀ ਉਹਨੂੰ ਨਿੱਪਲ ਲੱਗੀ ਤਾਂ ਨਾ ਉਹਨੂੰ, ਜਿੱਦਾਂ ਹੀ ਮੈਂ ਨਿੱਪਲ ਹਟਾਤੀ ਸੀਗੀ ਜਿੱਦਾਂ ਕਿੱਦਾਂ ਕਰਕੇ 10 ਦਿਨਾਂ ਦੇ ਵਿੱਚ। ਕੀ ਰੇੜੀ ਜਾਣ ਡੇ ਹੋ ਯਾਰ, ਤੁਸੀਂ ਵਲੌਗ ਬਣਾਓ ਤੁਸੀਂ, ਤੇ ਕੁੜੀ ਦਾ ਹਿਸਾਬ ਕਿਤਾਬ ਮਤਲਬ ਜੋ ਉਹਨੂੰ ਹੋਇਆ ਸਭ ਕੁਝ ਏ ਟੂ ਜੈਡ ਸਾਰਾ ਤੁਸੀਂ ਵਲੌਗ ਦੱਸਣ ਡੇ ਹੋ। ਯਾਰ ਪਰਸਨਲ ਗੱਲਾਂ ਥੋੜ੍ਹੀ ਕਰਨੀਆਂ ਹੁੰਦੀਆਂ ਇੱਥੇ, ਇੱਥੇ ਆਪਾਂ ਇੰਟਰਟੇਨਮੈਂਟ ਦਾ ਸਾਧਨ ਆ, ਪਰਸਨਲ ਗੱਲਾਂ ਆਪਾਂ ਆਪਣੇ ਆਪਣੇ ਤੱਕ ਸੀਮਤ ਰੱਖਣੀਆਂ ਹੁੰਦੀਆਂ। ਪਰ ਇਹ ਲੋਕ ਕੀ ਕਰਦੇ, ਪਰਸਨਲ ਗੱਲਾਂ ਵੀ ਫਿਰ ਤੁਸੀਂ ਚੂਸਦੀ ਰਹੀ ਚੂਸਦੀ ਰਹੀ। ਫਿਰ ਉਹਦੇ ਨਾਲ ਕੀ ਹੋਇਆ ਕਿ ਉਹਨੂੰ ਪਤਾ ਲੱਗ ਗਿਆ ਕਿ ਮੈਂ ਗੁੱਠਾ ਪਾ ਸਕਦੀ ਤੇ ਗੁੱਠੇ ਨਾਲ ਵੀ ਆਪਣਾ ਨਿੱਪਲ ਦਾ ਕੰਮ ਚੱਲੂਗਾ, ਤਾਂ ਉਦੋਂ ਤੋਂ ਗੁੱਠਾ ਚੁੰਮਦੀ ਆ। ਹੁਣ ਮੈਂ ਗੁੱਠਾ ਕਿੱਥੇ ਲੁਕਵਾਉਂ ਦੱਸੋ, ਮੇਰੇ ਤੇ ਆਇਆ ਕਰ ਲਾਲ। ਨਹੀਂ ਨੰਨੇ ਇਸੇ ਤਰੀਕੇ ਨੂੰ ਦਿਖਾਉਣਾ ਹੀ ਆ ਯਾਰ, ਤਾਂ ਯਾਰ ਕਿੱਦਾਂ ਦੀ ਐਡਵਾਈਸ, ਤਾਂ ਮਿਰਚ ਲਾ ਦਿਆ ਕਰ ਲਾਲ ਕੁੜੀ ਦੇ ਗੁੱਠੇ ਤੇ, ਤੇ ਫਿਰ ਚੁੱਸ। ਯਾਰ ਬਤਾਓ ਫਿਰ, ਮੈਨੂੰ ਨਹੀਂ ਪਤਾ ਹੈਗਾ ਇੰਨਾ, ਮੈਂ ਨਹੀਂ ਆਪਣੇ ਬੱਚੇ ਦੇ ਦੁੱਖ ਬਰਦਾਸ਼ਤ ਕਰ ਸਕਦੀ ਏਡਾ ਵੱਡਾ, ਮਤਲਬ ਵੱਡਾ ਹੀ ਆ ਯਾਰ ਮੇਰੇ ਲਈ। ਮੈਂ ਫੋਟੋ ਤੁਹਾਨੂੰ ਸ਼ੇਅਰ ਕਰੂੰਗੀ, ਦੇਖਿਓ ਮੈਂ ਫੋਟੋ ਵੀ ਖਿੱਚੀ ਸੀ ਉਹਦੀ। ਕਰਿਓ ਕਰਿਓ ਜ਼ਰੂਰ ਕਰਿਓ, ਕੋਈ ਨਾ ਮੈਂ ਇੱਥੇ ਲਾ ਦੂੰਗਾ ਇਹਨੂੰ ਪਰਦੇ। ਮੈਂ ਹੁਣ ਹੀ ਦਿਖਾਉਂਦੀ, ਮੈਨੂੰ ਬੜਾ ਦੁੱਖ ਲੱਗਾ। ਮੈਂ ਨਾ ਸਵੇਰੇ ਹੀ ਮੰਮੀ ਨੂੰ ਵੀ ਭੇਜਦੀ ਇੱਧਰ ਨੰਨੇ ਦੀ। ਮੰਨ ਲਓ ਫੋਟੋ ਸ਼ੇਅਰ ਕਰਨਾ ਕੀ ਹੋਣਾ ਵਾ, ਕੁਛ ਨਹੀਂ ਹੋਣਾ। ਇਹ ਜਾਂ ਤਾਂ ਕੋਈ, ਜਾਂ ਇਹ ਕਹਿ ਸਕਦੇ ਤੁਸੀਂ ਕੋਈ ਡਾਕਟਰ ਹੈਗਾ ਸਾਨੂੰ ਕੋਈ ਸਲਾਹ ਦੇਵੇ ਚੰਗੀ, ਆਪਾਂ ਫੋਟੋ ਸ਼ੇਅਰ ਕਰਦੇ ਹਾਂ, ਕੋਈ ਡਾਕਟਰ ਹੈਗਾ ਸਾਨੂੰ ਕੋਈ ਸਲਾਹ ਦੇਵੇ ਆਪਾਂ ਕੀ ਕਰੀਏ, ਤਾਂ ਤਾਂ ਮੰਨਿਆ ਆਪਾਂ ਸ਼ੇਅਰ ਕਰਾਂਗੇ ਫੋਟੋ, ਕੀ ਹੋ ਜਾਣਾ ਸ਼ੇਅਰ ਕਰਾਂਗੇ ਕੁਝ ਵੀ। ਮੰਮਾ ਨੂੰ ਵੀ ਭੇਜਦੀ ਤੇ ਆਪਣੇ ਮੰਮਾ ਉਧਰ ਵਾਲਿਆਂ ਨੂੰ ਵੀ ਭੇਜਦੀ, ਉਹਨਾਂ ਨੇ ਨਾਲ ਹੀ ਫੋਨ ਲਾ ਲਿਆ। ਇੱਧਰ ਮੰਮੀ ਨੇ ਵੀ ਨਾਲ ਹੀ ਫੋਨ ਲਾ ਲਿਆ। ਇੱਧਰ ਮੰਮੀ ਨੂੰ ਤਾਂ ਮੈਂ ਰਾਤ ਹੀ ਦੱਸਦਾ ਸੀਗਾ, ਤੇ ਮੰਮੀ ਕਿਤੇ ਕਹਿਣ ਨੂੰ ਲੱਗਾ ਕਿ ਥੋੜਾ ਬਹੁਤਾ ਹੋਣਾ ਵਾ, ਤੇ ਮੰਮੀ ਕਹਿੰਦੇ ਕੋਈ ਨਾ ਤੂੰ ਦਵਾਈ ਦਵੂਈ ਲਾ ਠੀਕ ਹੋਜੂਗਾ। ਜਦੋਂ ਸਵੇਰੇ ਮੰਮੀ ਨੂੰ ਮੈਂ ਆਹ ਫੋਟੋ ਭੇਜੀ ਨਾ, ਤੇ ਮੰਮੀ ਕਹਿੰਦੀ ਫੱਟ ਲਵਾ ਦਿਓ ਇਹਦੇ, ਡਾਕਟਰ ਕੋਲ ਲੈ ਜਾ ਫਟਾਫਟ ਇਹਨੂੰ। ਤੇ ਜਦੋਂ ਮੰਨੂ ਵੀਰਾ ਪਿਛਲੇ ਵਾਰੀ ਆਇਆ ਸੀ ਨਾ, ਉਦੋਂ ਉਹਨਾਂ ਦੇ ਵੀ ਮਤਲਬ ਹੋ ਗਿਆ ਸੀਗਾ, ਤੇ ਮੈਂ ਕਹਿ ਰਹੀ ਸੀ ਕਿ ਸੁੱਕਣ ਦੀ ਦਵਾਈ ਲੈ ਲੈਂਦੇ, ਤਾਂ ਉਦੋਂ ਮੰਨੂ ਵੀਰੇ ਨੇ ਬਹੁਤ ਦਵਾਈ ਖਾਧੀ ਸੀ, ਉਹਨਾਂ ਦਾ ਜ਼ਖਮ ਨਹੀਂ ਸੁੱਕਿਆ ਸੀ, ਤਾਂ ਮੰਮੀ ਮੈਨੂੰ ਇਹੀ ਸਮਝਾ ਰਹੇ ਸੀਗੇ ਕਿ ਵੀ ਯਾਰ ਕਿਹੜਾ ਵਲੌਗ ਬਣਾ ਰਹੇ ਹੋ ਤੁਸੀਂ, ਕੱਟ ਲਾਉਣ ਵਾਲਾ ਵਲੌਗ ਤੁਸੀਂ ਦੱਸਣ ਕੀ ਡੇ ਹੋ ਕਿ ਹਾਂ ਵੀ ਉਹ ਭੱਜ ਗਈ ਚਲ ਗਈ ਮਤਲਬ ਕਿਤੇ ਚਲ ਗਈ, ਉਹ ਦੱਸੋ ਤੁਸੀਂ ਤੇ ਦੱਸਣ ਡੇ ਕੁੜੀ ਨੂੰ ਕੱਟ ਲਾ ਤਾ ਭੋਲ ਵਲੌਗ ਭੈਣ। ਜ਼ਖਮ ਨਹੀਂ ਸੁੱਕਿਆ ਸੀਗਾ, ਇਹਦਾ ਜ਼ਖਮ ਵੀ ਨਹੀਂ ਸੁੱਕਣਾ, ਤੂੰ ਇਹਨੂੰ ਕੱਟ ਮਰਵਾ ਦੇ। ਬਟ ਮੈਨੂੰ ਇਹ ਸੀ ਕਿ ਮੈਂ ਦਵਾਈ ਖਵਾਵਾਂ, ਮੈਂ ਕੱਟ ਨਾ ਮਰਵਾਵਾਂ। ਚਲੋ ਹੁਣ ਜੋ ਮੰਮੀ ਨੇ ਕਿਹਾ ਹੋਇਆ ਤਾਂ ਹੋਈ ਆ। ਪਤਾ ਕੀ ਕਹਿੰਦਾ ਡਾਕਟਰ, ਕਹਿੰਦਾ ਆਪਾਂ ਦਵਾਈ ਦੇਵਾਂਗੇ ਨਾ, ਜਨਮ ਦਵਾਈ ਨੇ ਅਸਰ ਕਰਨਾ ਵਾ, ਤੁਹਾਨੂੰ ਇਹਦਾ ਪਾਣੀ ਹੋਰ ਭਰ ਜਾਣਾ ਵਾ। ਉਹ ਕਹਿੰਦੇ ਬਹੁਤ ਜ਼ਿਆਦਾ ਭਰ ਚੁੱਕਿਆ ਵਾ, ਤੈਨੂੰ ਲਵਾ ਦੋ ਸੂਈ। ਫਿਰ ਜਿੱਥੇ ਤੱਕ ਸੀਗਾ ਉਹਨੇ ਮਾੜੀ ਐਂ ਕੀਤੀ ਆ, ਫੁਹਾਰੇ ਚੱਲੇ ਬੜੇ, ਤੇ ਫਿਰ ਮੈਂ ਕਿਹਾ ਕੋਈ ਨਾ ਵਧੀਆ ਕੀਤਾ। ਮੈਂ ਸੋਚਿਆ ਜੇ ਮੈਂ ਅੱਜ ਵੀ ਨਾ ਤੁਹਾਨੂੰ ਭੇਜਦੀ, ਮੈਂ ਕਹਿੰਦੀ ਰਹਿੰਦੀ ਨੰਨੇ ਠੀਕ ਹੋ ਜੂ ਠੀਕ ਹੋ ਜੂ ਠੀਕ ਹੋ ਜੂ, ਫਿਰ ਕੀ ਹੁੰਦਾ। ਮੈਂ ਤੇਰਾ ਦਿਲ ਸੀ ਮੈਂ ਆਪ ਹੀ ਮਾਰਦਾ, ਪਰ ਮੇਰਾ ਹਿੰਮਤ ਹੀ ਨਹੀਂ ਪਈ।
पहली गल इन्हां को कोई कंटेंट नहीं हैगा कि हाँ भी किदां बनाईए व्लॉग ते की कर रहे कुड़ी दे कोई दे कोई चीज़ पक गई होनी कन कुन जां कोई चीज़ पक गई है उहदे उत्ते कोई कट लाउणा उहदे ही सारा कुछ दसी जाण डे आ कि हाँ भी आ इदां होया डाक्टर ने आ यार इक्को गल नूं बार बार रेड़ी जाण डे जे बावा चलो ठीक गाइस इत्थे बहुत ज्यादा यार खड्डे है मेनू ए रोड तो नफरत आ मिलदे शुगर आ बाबा जी तुसी भी तेल पवान लगे बाबा जी की बाबा जी बड़ी मेहनत ना लाई ओने तेनू दिखा दिखा के यूट्यूब ते फेर लई है इधर करियो इधर मुंह करियो आ देखो गाइस इना दी आंख विच जेड़ा निशान है ना ये काला मेनू मैं दादा किद्दा गया मेनू कहंदी पापा मैं क्या हां जी पुत्त कहंदी उरे मैं क्या थोड़ कर दी तुम्हारी मुंह रोड़ा सी ओए ना एड़ा वड्डा मतलब ना कोठी दे उत्तों ने सीमेंट ले लिया ते ओनू कीला सीगा ओने ना एड़ा मतलब ਕਰਨ ਲੱਗੀ ਹੋਣੀ ਕੁਛ ਉਹਨੇ ਨਾ ਇੱਦਾਂ ਹੀ ਮਾਰਤਾ ਉਹ ਸਿੱਧਾ ਅੱਖ ਦੇ ਵਿੱਚ ਨਹੀਂ ਪਾਪਾ ਮੈਂ ਕਿਹਾ ਹਾਂਜੀ ਮੈਂ ਕਿਹਾ ਚਲ ਕੋਈ ਗੱਲ ਕਹੂਗੀ ਕਾਂਜੇ ਕਹਿੰਦੀ ਮੈਂ ਕਿਹਾ ਹਾਂਜੀ ਕਹਿੰਦੀ ਉਰੇ ਮੈਂ ਕਹਿੰਦੀ ਛੋ ਸ਼ੁਕਰ ਕਰੋ ਕਿ ਡੇਲੇ ਦੇ ਨਹੀਂ ਮਾਰਤਾ ਨਹੀਂ ਇੰਨਾ ਹੀ ਮੈਂ ਨਾ ਇਹਦੇ ਵਿੱਚ ਡੇਲਾ ਕੱਢਿਆ ਮਾਰਤਾ ਡੇਲੇ ਤੇ ਮਾਰਤਾ ਵੱਡੇ ਕੋ ਡੇਲਾ ਕਹਿੰਦੇ ਕੱਢਿਆ ਮੈਂ ਕਹਿੰਦਾ ਤੂੰ ਕੱਢਿਆ ਤੂੰ ਇਦਾਂ ਹੀ ਬੋਲਦੀ ਉਹ ਇਦਾਂ ਹੱਥ ਕਰ ਕਰਕੇ ਪਤਾ ਨਹੀਂ ਉਹਨੇ ਕਿੱਥੋਂ ਸਿੱਖਿਆ ਕਹੂਗੀ ਕੱਲ ਕੀ ਕਹਿੰਦੀ ਸੀ ਜੀ ਆਂਟੀ ਕਹਿੰਦੀ ਆਪਣੇ ਘਰ ਚਲ ਜਾ ਭਰਾਵਾ ਡਾਕਟਰ ਨੂੰ ਕਹਿੰਦੀ ਟੀਕਾ ਲਗਾ ਤੂੰ ਮੈਨੂੰ ਬੁਲਾਈ ਨਾ ਤੂੰ ਮੈਨੂੰ ਬੜੀਆਂ ਪੋਰਦੇ ਆ ਯਾਰ ਭੈਣ ਜੀ ਵਲੌਗ ਦੇ ਵਿੱਚ ਕਿਸੇ ਦੇ ਵਲੌਗ 'ਚ ਕੁਝ ਚੀਜ਼ ਦੇਖਣ ਨੂੰ ਮਿਲਦੀ ਇਹਨਾਂ ਦੇ ਵਲੌਗ 'ਚ ਕੀ ਆਈ ਕੋਈ ਗੱਲ ਕੁੜੀ ਦੀਆਂ ਹੀ ਗੱਲਾਂ ਕਰੀ ਜਾਣ ਦੇ ਸਾਰੇ ਵਲੌਗ 'ਚ ਬੁਲਾਈ ਨਾ ਗੱਲਾਂ ਪਤਾ ਨਾ ਬੁਲਾਈ ਨਾ ਕੋਈ ਕੁਝ ਬੋਲਿਆ ਡਾਕਟਰ ਅੱਸੀ ਆਏ ਬਾਬਾ ਤੇ ਨਾ ਕਿੱਟੂ ਨਾ ਕੱਲ ਨਾ ਆਂਟੀ ਕਹਿੰਦੇ ਆਪਣੇ ਘਰ ਚਲ ਜਾਓ ਸਾਡੇ ਘਰ ਬੈਠੀ ਰਹਿਣੀ ਆ ਤੂੰ ਚੱਲ ਆਪਣੇ ਘਰ ਤੇ ਨਾ ਕਿਤੇ ਕਹਿੰਦੀ ਮੈਂ ਆ ਘਰ ਆ ਜਿਆਦਾ ਬੋਲਣ ਦੀ ਲੋੜ ਨਹੀਂ ਸਾਨੂੰ ਕੋਈ ਵਿਆਹ ਬੂਤੇ ਸੱਦ ਲੋ ਸਾਨੂੰ ਵਿਆਹ ਖਾਣ ਦਾ ਬੜਾ ਯਾਰ ਉਹ ਹੋਇਆ ਪਿਆ ਵਾ ਸਾਡੀ ਇਧਰ ਆ ਹੀ ਨਹੀਂ ਰਹੀ ਸਾਨੂੰ ਕੋਈ ਵਿਆਹ ਹੀ ਨਹੀਂ ਆ ਰਿਹਾ ਮੈਨੂੰ ਸੋਹਣੇ ਸੋਹਣੇ ਕੱਪੜੇ ਨਹੀਂ ਮਿਲ ਰਹੇ ਵਿਆਹ ਦੇ ਸੱਜਣ ਦਾ ਵਿਆਹ ਜਾਣਾ ਤੇ ਕੋਈ ਪੈਲਸ ਪੂਚ ਲੱਭੋ ਤੇ ਵੜ ਜੋ ਵਿਆਹ ਨਹੀਂ ਬੁਲਾ ਰਿਹਾ ਤੁਹਾਡੇ ਵਰਗੇ ਨੂੰ ਉਦਾਂ ਵੀ ਕਿਸੇ ਨੇ ਵਿਆਹ ਨਹੀਂ ਬਣਾਉਣਾ ਸਾਲਿਓ ਵਲੌਗ ਬਣਾ ਕੇ ਸਾਰਾ ਕੁਝ ਦੱਸ ਦੇਣਾ ਤੇ ਉਹ ਜੀ ਆਪਣੀ ਗੱਡੀ ਲੱਗ ਚੁੱਕੀ ਉਹ ਉੱਥੇ ਲੱਗੀ ਨਾ ਤੇ ਤੂੰ ਤੁਰੀ ਜਾਨੀ ਕੀ ਗੱਲ ਹੈ ਇਹ ਤਾਂ ਹੈ ਤੁਰਦੀ ਜਿਵੇਂ ਫੁੱਪੜ ਦੇ ਵਿਆਹ ਦੇ ਆਈ ਹੁੰਦੀ ਹੈ ਕੀ ਦੇਖੀ ਜਾਨੀ ਆ ਕੀ ਆ ਬਾਬਾ ਆਪਣੀ ਜਨਾਨੀ ਦੀ ਲਾਈ ਜਾਂਦਾ ਵਲੌਗ ਦੇ ਵਿੱਚ ਤੂੰ ਆਇਆ ਤੁਰਨੇ ਜਿਵੇਂ ਫੁੱਪੜ ਦੇ ਵਿਆਹ ਜਾਈ ਅੱਛਾ ਰੀਲਾ ਮੈਂ ਦੂਰੋਂ ਹੀ ਦੇਖੀ ਹੈ ਨਾ ਤੁਸੀਂ ਦੱਸਿਓ ਮੈਨੂੰ ਲੱਗਾ ਤੋਲੀਏ ਟੰਗੇ ਆ ਉਹ ਕਸਮ ਲੱਗੇ ਆ ਦੇਖੋ ਧਿਆਨ ਨਾਲ ਹਨਾ ਐ ਲੱਗ ਰਿਹਾ ਤੋਲੀਏ ਟੰਗੇ ਆ लाला तोलिया एक नहाई करी नहा नी ना तू एक लाला उतो ये बड़ा गुमराह किया जा रहा ऑडियंस ना बाद जो पता लगा तो बाल प्रीत तेन पता मैं क्यों लैके आया कि तू जा फटाफट मैं छड़ दे तू बह के चांद को जा कल सची इंडिया अज पहुंचा सारी दुनिया धरती भी देख ली कि दी मिट्टी लैके आनी गर्मी एसी लगा ही नहीं सकती सेल करनी
हाँ जी तो गाइज आपां नूं कीरत दी जिहड़ी ड्रैस सी ओह पसंद नहीं आई ते हुण आपां कल जावांगे वेव मॉल मैंने मैनूं कहा वा कल ही तां परसों ते गाइज मिलदे आपां तुहानूं थोड़ी देर तक थोड़ी देर तक कल ही ओह मिलूगी तुहानूं मैं नहीं मिलदा ओके हाँ ਕੱਲੀਓ ਮਿਲ ਜਾਵੇ ਨਿਰਮਲ ਦੀ ਚੇਅਰ ਨੰਨੇ ਨੇ ਉੱਤੇ ਰੱਖ ਹਰ ਕੋਈ ਸਾਨੂੰ ਮੈਨੂੰ ਕਮੈਂਟ ਤੇ ਕਰਦਾ ਕਹਿੰਦਾ ਯਾਰ ਭਾਈ ਭਾਬੀ ਨੂੰ ਕਹਿੰਦਾ ਥੋੜੀ ਦੇਰ ਕਹਿਣਾ ਛੱਡ ਦੇਵੇ ਸਾਨੂੰ ਚੰਗਾ ਨਹੀਂ ਲੱਗਦਾ ਆਹੋ ਐਸਾ ਕਦੀ ਕਮੈਂਟ ਨਹੀਂ ਆਇਆ ਮੈਂ ਸਾਰੇ ਕਮੈਂਟ ਮੇਰਾ ਤੂੰ ਕਮੈਂਟਾਂ ਦੀ ਗੱਲ ਮੰਨਦੀ ਹੈ ਨਾ ਕਰਦੀ ਹਾਂ ਹਾਂ ਮੈਂ ਅੱਜ ਕਮੈਂਟ ਕਰ ਦੂੰਗਾ ਇਹ ਕਹਿਣਾ ਛੱਡ ਦੇਂਗੀ ਤੂੰ ਓਕੇ ਛੱਡ ਦੂੰਗੀ ਹੱਥ ਜੋੜੋ ਪਹਿਲਾਂ ਹੈ ਹੱਥ ਜੋੜੋ ਹੁਣੇ ਜਿੱਦਾਂ ਜੋੜੇ ਸੀ ਹੁਣ ਬੋਲੋ ਥੋੜੀ ਦੇਰ ਕਹਿਣਾ ਛੱਡ ਦੇ ਹੈ ਥੋੜੀ ਥੋੜੀ ਦੇਰ ਕਹਿਣਾ ਛੱਡ ਦੇ ਕਿਉਂ ਇੱਧਰ ਦੇਖ ਕੇ ਕਹੋ थोड़ी थोड़ी देर कहना छोड़ दे क्यों इतने एक बार सारे देख लेंगे दे, वो बोल लेंगे चलो ठीक है गाइस कल पक्का ना वेव मॉल जावांगे ना आपा ओके चलो फिर वेव ही टाइम भी चलेंगे जिथे आपा कोई तरीके का बुलाया है मैंने बुलाया है अभी लिपस्टिक ले रही है और अप्लाई करने के बाद तुम होने लगा के देख कोई भी शेप की ट्राई करा जेड़ा बाइक करना तो उसी जमने हाथ तो है पर कोई भी अप्लाई करके देख फिर उसके बाद मैं करना भी देख लूंगा बेटे इन्होंने इन्ना सारा लाया मिल्क क्लिंजर है ना ये मिल्क वाला ते हाले तक नहीं उतर रही नहीं रही हैं ये हुण फिर तू इत्थे दिहाड़ी ला के आ असीं जाने आ ब्रो जी सारे जने पई ले लियो कलर बाद दी हैगी है ये ते हुण मैं विलियन मॉल च देख रही हां सारा ਸਿੱਧੀਆਂ ਆਈਟਮਾਂ ਘਰ ਵਾਲੇ ਨੂੰ ਕੋਈ ਹੈ ਹੀ ਨਹੀਂ ਇਹਨੂੰ ਕਿਹਾ ਵੀ ਘਰ ਵਾਲੇ ਦੀ ਕੋਈ ਇੱਜ਼ਤ ਕਰਨੀ ਬੰਦਿਆਂ ਸਾਹਮਣੇ ਵੀ ਨਹੀਂ ਕਰਦਾ चल जा जा यार प्राइस कोई ज्यादा नहीं हैगा मतलब अकॉर्डिंग टू लिपस्टिक है ना जिदा ही स्टे है या बाकी मतलब यूज करके दिखूंगी मैं अप्लाई करके ये कितना ये ना तुसी नहीं ना देने ता ज्यादा नहीं हैगा मम्मी ने फोन आया तो गाइस ना मतलब मैं काफी सारी यूज की थी मैं ऑनलाइन भी मंगा के देखी हां बट मतलब मुझे लगता कि ये ज्यादा तो फाइनली इधर आपा करे पहुंच गए ਤੇ ਇਧਰ ਆਪਾਂ ਕੀਤੂ ਨੂੰ ਵੀ ਲੈ ਆਏ ਆ ਤੇ ਦਿਖਾਈ ਨਹੀਂ ਦਿੱਤਾ ਠੀਕ ਹੋ ਗਿਆ ਨਾ ਹੁਣ ਹੈ ਨਾ ਠੀਕ ਹੋ ਗਿਆ ਫਿਰ ਪਾਪਾ ਨੂੰ ਫਾਈਨ ਕਿਚ ਕਰ ਦੇ ਯਾਰ ਬੇਟਾ ਇਸ ਵਿੱਚ ਹਾਈ ਹੋ ਰਹੀ ਹੈ ਇਹਦੇ ਵਿੱਚ ਹਾਈ ਹੁੰਦੀ ਠੀਕ ਆ ਹੁਣ ਇੱਥੇ ਹੁੰਦੀ ਇੱਥੇ ਹੁੰਦੀ ਉਹਨੂੰ ਪਤਾ ਵਾ ਜਿੰਨੇ ਇਹਨੇ ਝੂਠ ਹੋ ਰਹੀ ਇਹਨੂੰ ਪਤਾ ਵੀ ਫੇਰ ਇੰਜੈਕਸ਼ਨ ਲਵਾ ਦੇ ਜੀ ਠੀਕ ਹੈ ਨਾ ਵੀ ਨਾ अच्छा मेरी गाल सुन सुनो ओदी गाल सुनी बूनो टीका लगूगा पापा बूओ टीका कलू हां कल इसी दिन टीका लगवाए ये खारिश पे ये कर दी रहंदी बहुत खारिश होई है कल अपन इनू भी टीका लगवा देना ठीक है कीरत आप फिर की व्लॉग है तुसी इदा करो एक कैमरा लवो कंध दे उते टांग दो जो कर दियो दसी दिखाई जाओ सारे नु की आ व्लॉग की बना रहे हां टीका लग गया आ हो गया ओके की करन रहे हो कोई सेंस हैगी की तुसीं विखा रहे व्लॉग दे विच दस ਨਿਆਣੇ ਦੇ ਕੈਮਰਾ ਮਾਰਿਆ ਉਹਨਾਂ ਗੱਲਾਂ ਕਰੀ ਜਾਂਦੇ ਪਹਿਲਾਂ ਗੱਡੀ 'ਚ ਗੱਲਾਂ ਕਰੀ ਜਾਂਦੇ ਹੁਣ ਇੱਥੇ ਗੱਲਾਂ ਕਰੀ ਜਾਂਦੇ ਕਰੀ ਜਾਓ ਗੱਲਾਂ ਬਸ ਗੱਲਾਂ ਬਾਤਾਂ ਦਾ ਵਲੋਗ